ਸੰਗਤਾਂ ਨਾਂ ਦੇ ਵਿਅਕਤੀ ਇਹਨਾਂ ਦੇ ਫਾਇਰ ਕੀਤੇ ਕੋਈ ਅਣਪਛਾਤੇ ਵਿਅਕਤੀ ਨੇ। ਸੋ ਇਹ ਕੋਈ ਕਾਲੇ ਮੋਟਰਸਾਈਕਲ ਪਲਸਰ 'ਤੇ ਆਏ ਸੀਗੇ ਦੋ ਜਣੇ, ਉਹਨਾਂ ਦੇ ਜਿਹੜੇ ਹੈਗੇ ਇਹਨਾਂ ਨੇ ਫਾਇਰ ਜਿਹੜੇ ਖੋਲ ਆ ਸਾਨੂੰ ਪੰਜ ਮਿਲੇ ਆ ਅਤੇ ਚਾਰ ਫਾਇਰ ਉਹਨਾਂ ਦੇ ਲੱਗੇ ਆ ਜੋ ਇਨੀਸ਼ਲੀ ਪਤਾ ਲੱਗਾ। ਅਤੇ ਇਹਦੀ ਹੁਣ ਅਸੀਂ ਤਫਤੀਸ਼ ਕਰ ਰਹੇ ਹਾਂ ਡਿਫਰੈਂਟ ਡਿਫਰੈਂਟ ਐਂਗਲਸ ਤੋਂ। ਇਹ ਵੀ ਜਿਹੜਾ ਇਹਨਾਂ ਨੇ ਦੱਸਿਆ, ਇਹਨਾਂ ਦੇ ਬ੍ਰਦਰ ਨੇ ਜਿਹੜੇ ਉਹਨਾਂ ਨੇ ਦੱਸਿਆ ਇਹਨਾਂ ਦਾ ਕਿਸੇ ਮਤਲਬ ਕਿ ਖਾਸ ਕਿਸੇ ਨਾਲ ਕੋਈ ਅੱਗੇ ਦੁਸ਼ਮਣੀ ਨਹੀਂ ਹੈਗੀ। ਬਾਕੀ ਇਹਨੂੰ ਹੁਣ ਅਸੀਂ ਵਰਕਆਊਟ ਕਰਾਂਗੇ ਵੀ ਇਹਦਾ ਕੀ ਕਾਰਨ ਹੋ ਸਕਦਾ, ਐਂਡ ਇਹਨੂੰ ਤਫਤੀਸ਼ ਨੂੰ ਬੜੇ ਸੁਚੱਜੇ ਢੰਗ ਨਾਲ ਚਲਾਉਣਾ। ਤਕਰੀਬ 7 ਵਜੇ ਦਾ ਹਾਦਸਾ ਹੈਗਾ ਤਜਿੰਦਰ, ਉਹ ਜੋ ਪਤਾ ਲੱਗਾ ਹੀ ਐਜ਼ ਐਕਸਪਾਇਰਡ। ਅਤੇ ਅਸੀਂ ਹੁਣ ਉਹਦੇ ਜਿਹੜਾ ਹੈਗਾ ਵਾ ਬਾਕੀ ਦੀ ਜਿੰਨੀ ਚੀਜ਼ ਦੀ ਕਾਰਵਾਈ ਹੈਗੀ ਆ ਉਹਨੂੰ ਡਿਸਪਿਊਟ ਹੋਇਆ ਹੋਵੇ। ਦੇਖੋ ਕਈ ਤਰ੍ਹਾਂ ਦੇ ਐਂਗਲ ਨੇ ਇਸ ਵੇਲੇ, ਕਿਸੇ ਵੀ ਚੀਜ਼ ਨੂੰ ਇੱਕਦਮ ਨਹੀਂ ਕਿਹਾ ਜਾ ਸਕਦਾ। ਜੋ ਜੋ ਇਹਨਾਂ ਨੇ ਫੀਡਬੈਕ ਦਿੱਤੀ ਹੈ ਅਤੇ ਜੋ ਪਿਛਲੇ ਸਮੇਂ 'ਚ ਇਹਨਾਂ ਦਾ ਕਿਹਦੇ ਨਾਲ ਕਿਸ ਤਰ੍ਹਾਂ ਕਰਾਰ ਹੋਇਆ ਕਿ ਨਹੀਂ ਹੋਇਆ, ਅਤੇ ਜੋ ਵੀ ਇਹਨਾਂ ਨੇ ਸਾਰੀ ਗੱਲ ਦੱਸੀ ਉਹਨੂੰ ਅਸੀਂ ਵਰਕਆਊਟ ਕਰ ਰਹੇ ਹਾਂ ਸਾਰੇ ਐਂਗਲਾਂ ਤੋਂ ਵੀ ਜਿਹੜੀ ਮੇਨ ਤੌਰ ਦੇ ਉਹ ਜਿਹੜਾ ਬੰਦਾ ਜਿਹਨੇ ਗੋਲੀਆਂ ਚਲਾਈਆਂ ਉਹ ਜਿਹੜਾ ਸ਼ੱਕੀ ਵਿਅਕਤੀ ਉਹ 30 ਤੋਂ 35 ਸਾਲ ਦੀ ਉਮਰ ਦਾ ਲੱਗ ਰਿਹਾ, ਔਰ ਬਾਕੀ ਦਾ ਜਿਹੜਾ ਹੈਗਾ ਇਹਨਾਂ ਦੀ ਜਿਹੜੀ ਹੈਗੀ ਆ ਜਿਹੜਾ ਇਹਨਾਂ ਦਾ CCTV ਫੁਟੇਜ ਆ ਉਹਨੂੰ ਅਸੀਂ ਹੋਰ ਜਿਹੜਾ ਹੈਗਾ ਵਾ ਉਹਨੂੰ ਕਲੀਅਰ ਕਰਾਵਾਂਗੇ ਆਪਦੇ ਐਕਸਪਰਟਸ ਤੋਂ, ਤਾਂ ਕਿ ਕਿਸੇ ਨਾ ਕਿਸੇ ਨਤੀਜੇ 'ਤੇ ਪਹੁੰਚਿਆ ਜਾ ਸਕੇ। ਤੁਸੀਂ ਵੈਪਨ ਕਿਹੜਾ ਸੀਗਾ ਜੀ? ਵੈਪਨ ਜਿਹੜਾ ਹੈਗਾ 32 ਬੋਰ ਪਿਸਟਲ ਸੀਗਾ ਜਿਹੜੇ ਚੁਰੀ ਹੋਏ। ਦੇਖਿਆ ਵੀ ਦੋਵਾਂ ਦੇ ਮੂੰਹ ਬੰਨੇ ਹੋਏ ਸੀ, ਕਿ ਕਿਹੜਾ ਪਿੱਛੇ ਚਲਾਉਣ ਵਾਲਾ ਸੀ? ਫਿਲਹਾਲ ਤਾਂ ਜਿਹੜਾ ਅੰਦਰ ਬੈਠਾ ਜਿਹੜਾ ਅੰਦਰ ਆਇਆ ਉਹਦਾ ਤਾਂ ਮੂੰਹ ਬੰਨਿਆ ਸੀਗਾ ਓਬਵੀਅਸਲੀ, ਅਜੇ ਬਾਹਰ ਦੀਆਂ ਫੁਟੇਜ ਅਸੀਂ ਲੈ ਰਹੇ ਹਾਂ ਅਤੇ ਜਦੋਂ ਜਦੋਂ ਸਾਨੂੰ ਮਿਲੀ ਜਾਣਗੀਆਂ। ਉਹ ਕਈ ਐਂਗਲਾਂ ਤੋਂ ਚੱਲ ਰਹੀ ਹੈ ਕਾਰਵਾਈ ਔਰ ਸਾਰੀ ਤਫਤੀਸ਼ ਨੂੰ ਉਸ ਢੰਗ ਦੇ ਨਾਲ ਕਰ ਰਿਹਾ ਤਾਂ ਜੇ ਜਲਦੀ ਆਈਡੈਂਟੀਫਾਈ ਹੋ ਜਾਣਾ ਚਾਹੀਦਾ। ਜੋ ਪਰਿਵਾਰ ਦੇ ਮੈਂਬਰ ਇਹਨਾਂ ਦੇ ਬ੍ਰਦਰ ਨੇ ਜਿਹੜੇ ਉੱਥੇ ਉਹ ਦੱਸਦੇ ਆ ਵੀ ਮੇਨ ਕਾਊਂਟਰ 'ਤੇ ਉਹ ਹੀ ਬਹਿੰਦੇ ਸੀ। ਸੋ ਇਹਨਾਂ ਦੀ ਐਸ ਸੱਚ ਕੋਈ ਬਹੁਤ ਵੱਡੀ ਦੁਸ਼ਮਣੀ ਅਜੇ ਸਾਹਮਣੇ ਆਈ, ਬਟ ਲੇਟਰ ਔਨ ਦੇਖਦੇ ਇਹਨੂੰ ਵੀ ਕੀ ਹੈਗਾ। ਕਈ ਐਂਗਲਸ ਹੈਗੇ ਨੇ ਇਹਨਾਂ 'ਤੇ ਵਰਕ ਕੀਤਾ ਜਾ ਰਿਹਾ। ਅਸੀਂ ਸੈਪਰੇਟ ਟੀਮਸ ਫੋਰਮ ਕਰਤੀ ਹਾਂ, ਡਿਊਟੀਜ਼ ਅਸੀਂ ਡਿਸਟ੍ਰੀਬਿਊਟ ਕਰਦੇ ਹਾਂ ਵੱਖੋ ਵੱਖਰੇ ਐਂਗਲ ਦੇ ਪੁਲਿਸ ਆਫਿਸ ਚਲੇ ਗਏ ਐਂਡ ਵੀ ਆਰ ਵਰਕਿੰਗ ਔਨ। ਸਰ ਨਾਕੇਬੰਦੀ ਹਰ ਜਗ੍ਹਾ 'ਤੇ ਹੋ ਰਹੀ ਹੈ, ਫਿਰ ਵੀ ਉਹ ਪਿਸਟਲ ਜਿਹੇ 'ਚ ਲੈ ਕੇ ਨਿਕਲ ਆਇਆ, ਉਹ ਕੁਛ ਉਸ ਬਾਰੇ? ਦੇਖੋ ਇਹ ਤਾਂ ਇਹ ਨਾਕੇਬੰਦੀ ਓਬਵੀਅਸਲੀ ਹੈਗੀਆਂ, ਕਈ ਵਾਰ ਅਨਨੋਟਿਸਡ ਕਈ ਚੀਜ਼ਾਂ ਚਲੇ ਜਾਂਦੀਆਂ ਨੇ, ਹਰ ਚੀਜ਼ ਚੈੱਕ ਵੀ ਨਹੀਂ ਹੁੰਦੀ। ਬਾਕੀ ਗੱਲ ਇਹ ਆ ਵੀ ਜਿਹੜਾ ਕ੍ਰਾਈਮ ਹੋਇਆ ਉਹਨੂੰ ਟਰੇਸ ਕਰਨ ਦੀ ਗੱਲ ਆ, ਉਹ ਵੀ ਟਰੇਸ ਆ। Subscribe to our YouTube channel News DNN by clicking the bell icon. Don't forget to like, comment and share.